ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ਤੇ ਬੁਲਾਈ ਗਈ ਸਰਵ ਪਾਰਟੀ ਮੀਟਿੰਗ ਦੇ ਵਿੱਚ ਹਰਿਆਣਾ ਨੂੰ ਪਾਣੀ ਦੇਣ ਬਾਰੇ ਕਈ ਗੱਲਾਂ ਸਪਸ਼ਟ ਕਰ ਦਿੱਤੀਆਂ ਨੇ। ਉਹਨਾਂ ਨੇ ਕਿਹਾ ਕਿ SYL ਸਮਝੌਤੇ ਵੇਲੇ ਹਾਲਾਤ ਹੋਰ ਸੀ, ਹੁਣ ਹਾਲਾਤ ਵੱਖਰੇ ਨੇ। ਪੰਜਾਬ ਵਿੱਚ ਪਾਣੀ ਘਟਦਾ ਜਾ ਰਿਹਾ। ਕੈਪਟਨ ਨੇ ਦੱਸਿਆ ਕਿ ਪੰਜਾਬ ਦਾ ਵਫਦ ਕੇਂਦਰ ਸਰਕਾਰ ਨੂੰ ਮਿਲੇਗਾ। ਪਾਣੀਆਂ ਦੇ ਝਗੜੇ ਦੇ ਨਿਬੇੜੇ ਦੇ ਲਈ ਨਵਾਂ ਟ੍ਰਿਬਿਊਨਲ ਬਣਾਉਣ ਦੀ ਮੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਕੋਲ ਵਾਧੂ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ, ਇਸ ਲਈ ਹੋਰ ਰਾਜ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਆਲ ਪਾਰਟੀ ਮੀਟਿੰਗ ਰੈਜ਼ੋਲੂਸ਼ਨ, ਪੰਜਾਬ ਡਜ਼ ਨਾਟ ਹੈਵ ਸਰਪਲਸ ਵਾਟਰ ਐਂਡ ਇਜ਼ ਫੇਸਿੰਗ ਅ ਥ੍ਰੈਟ ਆਫ ਡੈਜ਼ਰਟੀਫਿਕੇਸ਼ਨ ਵਿਦ ਡਿਕਲਾਈਨਿੰਗ ਅਵੇਲੇਬਿਲਿਟੀ ਆਫ ਇਟਸ ਰਿਵਰ ਵਾਟਰ ਐਂਡ ਫਾਸਟ ਡਿਪਲੀਟਿੰਗ ਗਰਾਊਂਡ ਵਾਟਰ। ਸਟੇਟਸ ਗਰਾਊਂਡ ਵਾਟਰ ਦੈਟ ਮੀਟ 73% ਆਫ ਦ ਇਰੀਗੇਸ਼ਨ ਰਿਕੁਆਇਰਮੈਂਟਸ ਹੈਜ਼ ਡਿਕਲਾਈਨ ਟੂ ਅਲਾਰਮਿੰਗ ਲੈਵਲਸ, ਥ੍ਰੈਟਨਿੰਗ ਦ ਵੈਰੀ ਲਾਈਵਲੀਹੁੱਡ ਆਫ ਫਾਰਮਰਸ ਐਂਡ ਅਦਰ ਪੂਅਰ ਪੀਪਲ। ਇਨ ਸੱਚ ਅ ਸਿਚੁਏਸ਼ਨ ਇਟ ਇਜ਼ ਯੂਨੈਨਮਸਲੀ ਰਿਜ਼ੋਲਵਡ ਦੈਟ ਦ ਗਵਰਨਮੈਂਟ ਆਫ ਇੰਡੀਆ ਸ਼ੁਡ ਇਨਸ਼ੋਰ ਦੈਟ ਪੰਜਾਬ ਰਿਵਰ ਵਾਟਰ ਇਜ਼ ਨਾਟ ਇਨ ਐਨੀ ਵੇ ਟ੍ਰਾਂਸਫਰਡ ਫਰੋਮ ਬੇਸਿਨ ਟੂ ਨਾਨ ਬੇਸਿਨ ਏਰੀਆਸ ਆਫ ਦੀਜ਼ ਥ੍ਰੀ ਰਿਵਰਸ, ਨੇਮਲੀ ਰਾਵੀ, ਸਤਲੁਜ ਐਂਡ ਬਿਆਸ ਐਜ਼ ਪਰ ਇੰਟਰਨੈਸ਼ਨਲੀ ਐਕਸੈਪਟਿਡ ਰਾਈਪੇਰੀਅਨ ਪ੍ਰਿੰਸੀਪਲ। ਫਰਦਰ ਆਲਟਰਨੇਟਿਵ ਸ਼ੁਡ ਬੀ ਅਸਰਟਨਡ ਇੰਕਲੂਡਿੰਗ ਅਮੈਂਡਮੈਂਟ ਟੂ ਦ ਪ੍ਰਪੋਜ਼ ਇੰਟਰ ਸਟੇਟ ਰਿਵਰ ਵਾਟਰ ਡਿਸਪਿਊਟਸ ਐਕਟ ਟੂ ਸੈਟ ਅਪ ਅ ਨਿਊ ਟ੍ਰਾਈਬਿਊਨਲ ਟੂ ਇਨਸ਼ੋਰ ਕੰਪਲੀਟ ਡੀ ਨੋਵਾ ਅਸੈਸਮੈਂਟ ਆਫ ਅਵੇਲੇਬਿਲਿਟੀ ਆਫ ਰਿਵਰ ਵਾਟਰਸ ਬਿਫੋਰ ਐਨੀ ਫਾਈਨਲ ਡਿਸੀਜਨ ਟੂ ਹਾਰਨੈਸ, ਡਿਵੈਲਪ ਐਂਡ ਪ੍ਰੋਵਾਈਡ ਐਡੀਕੁਏਟ ਵਾਟਰ ਟੂ ਪੰਜਾਬ ਇਨ ਅ ਜਸਟ ਐਂਡ ਇਕੁਇਟੇਬਲ ਮੈਨਰ ਇਨ ਕੀਪਿੰਗ ਵਿਦ ਇਟਸ ਟੋਟਲ ਡਿਮਾਂਡ ਐਂਡ ਸਿਕਿਉਰਿੰਗ ਲਾਈਵਲੀਹੁੱਡ ਆਫ ਦੀ ਫਿਊਚਰ ਜਨਰੇਸ਼ਨਸ। ਆਹ ਰੈਜ਼ੋਲਿਊਸ਼ਨ ਸਾਡਾ ਪਾਸ ਹੋਇਆ। ਨੋ ਟ੍ਰਾਈਬਿਊਨਲ ਫੋਰ ਗਵਰਨਮੈਂਟ ਆਫ ਇੰਡੀਆ ਵਾਟਰ ਰਿਸੋਰਸਿਸ ਡਿਪਾਰਟਮੈਂਟ ਮਿਨਿਸਟਰੀ ਟੂ ਡਿਸਾਈਡ ਵਾਟ ਸੋਰਟ ਆਫ ਟ੍ਰਿਬਿਊਨਲ ਜਿਹੜਾ ਹੋਏਗਾ, ਇਟ ਵਿਲ ਬੀ ਉਹਨਾਂ ਦਾ ਫੈਸਲਾ, ਗਵਰਨਮੈਂਟ ਆਫ ਇੰਡੀਆ ਦਾ ਫੈਸਲਾ ਹੋਊਗਾ ਟ੍ਰਾਈਬਿਊਨਲ ਦਾ। ਟਾਈਮ ਟੂ ਟਾਈਮ ਹਾਲਾਤ ਦੇਖਣੇ ਪੈਂਦੇ ਨੇ। ਦੇਰ ਇਜ਼ ਐਨ ਇੰਟਰਨੈਸ਼ਨਲ ਪ੍ਰਿੰਸੀਪਲ, ਹਰ ਕੁਛ ਸਮੇਂ ਬਾਅਦ, ਆਈ ਥਿੰਕ 18 ਸਾਲ ਹੈ 17 ਸਾਲ ਬਾਅਦ ਨਦੀਆਂ ਦਾ ਪਾਣੀ ਚੈੱਕ ਹੁੰਦਾ। ਹੁਣ ਇਰਾਡੀ ਕਮਿਸ਼ਨ ਕਦੋਂ ਹੋਇਆ, 1955 ਦੀ ਐਡਮਿਸ਼ਨ ਕਦੋਂ ਆਪਣੀ ਅਗਰੀਮੈਂਟ ਹੋਈ, ਉਹ ਬਹੁਤ ਹਾਲਾਤ ਬਦਲ ਗਏ ਨੇ। ਇੱਕ ਵਾਰ 17.1 MAF ਪਾਣੀ ਸੀ, ਹੁਣ ਦੱਸਦੇ ਨੇ 13 ਹੋ ਗਿਆ ਸੀ ਪਿੱਛੇ 13 ਤੋਂ। ਮੈਂ ਸਮਝਦਾ ਜਿਸ ਤਰੀਕੇ ਨਾਲ ਗਲੇਸ਼ੀਅਰ ਮੈਲਟ ਹੋ ਰਿਹਾ, ਉਸ ਤੋਂ ਘੱਟ ਹੋ ਰਿਹਾ। ਤੋ ਜਦੋਂ ਪਾਣੀ ਘੱਟਦਾ ਜਾ ਰਿਹਾ, ਯੂ ਹੈਵ ਟੂ ਹੈਵ ਅ ਨਿਊ ਟ੍ਰਾਈਬਿਊਨਲ ਦੇਖਣ ਨੂੰ। ਵੰਡੋਗੇ ਕੀ ਤੁਸੀਂ? ਹਵਾ ਤਾਂ ਨਹੀਂ ਵੰਡ ਸਕਦੇ ਆਪਾਂ ਨੂੰ, ਪਾਣੀ ਉਹ ਵੰਡਣਾ। ਪਹਿਲਾਂ ਇਹ ਤਾਂ ਚੈੱਕ ਕਰੋ ਕਿ ਨਦੀਆਂ ਦੇ ਵਿੱਚ ਹੈ ਕਿੰਨਾ ਪਾਣੀ, ਉਹ ਟ੍ਰਾਈਬਿਊਨਲ ਪਤਾ ਕਰੂਗੀ, ਉਸ ਤੋਂ ਬਾਅਦ ਹੀ ਉਹ ਆਪਾਂ ਅੱਗੇ ਵੰਡ। ਅਸੀਂ ਡਿਸਾਈਡ ਕੀਤਾ ਕਿ ਹਰ 6-6 ਮਹੀਨੇ ਬਾਅਦ ਅਸੀਂ ਮੀਟ ਕਰਿਆ ਕਰਾਂਗੇ ਟੂ ਰਿਵਿਊ ਜਿਹੜਾ ਕੁਛ ਅਸੀਂ ਕਰ ਰਹੇ। ਸਜੈਸ਼ਨ ਹੋਰ ਚੀਜ਼ਾਂ ਦੇ ਵੀ ਆਈਆਂ ਨੇ, ਔਰ PM ਦਾ ਤਾਂ ਮੈਂ ਕਹਿਤਾ ਕਿ ਪ੍ਰਾਈਮ ਮਿਨਿਸਟਰ ਆਲ ਪਾਰਟੀ ਡੈਲੀਗੇਸ਼ਨ ਮੀਟ ਕਰੇਗੀ। ਦੱਸ ਦਈਏ ਕਿ ਅੱਜ ਚੰਡੀਗੜ੍ਹ ਵਿੱਚ ਪਾਣੀਆਂ ਦੇ ਮੁੱਦੇ 'ਤੇ ਸਰਵ ਪਾਰਟੀ ਦੀ ਬੈਠਕ ਵਿੱਚ ਮਤਾ ਪਾਸ ਕਰਕੇ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਦਾ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਕਾਂਗਰਸ, ਅਕਾਲੀ ਦਲ, BJP ਅਤੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਾਮਿਲ ਸੀ। ਮੀਟਿੰਗ ਵਿੱਚ ਪਾਣੀਆਂ ਦੇ ਮੁੱਦੇ 'ਤੇ ਸਾਰੀਆਂ ਧਿਰਾਂ ਨੇ ਇੱਕਜੁੱਟਤਾ ਪ੍ਰਗਟਾਈ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।